ਪਿਛਲੇ ਦਿਨੀ ਗੁਰਦਾਸਪੁਰ ਵਿੱਚ ਹੋਈ ਚੋਰੀ ਦੇ ਮਾਮਲੇ ਵਿੱਚ ਪੁਲਿਸ ਨੇ ਇੱਕ ਕੁੜੀ ਨੂੰ ਕਾਬੂ ਕੀਤਾ ਸੀ। ਦੱਸ ਦਈ ਕਿ ਕੁੜੀ ਵੱਲੋਂ ਪੁਲਿਸ ਉੱਤੇ ਕੁੱਟਮਾਰ ਅਤੇ ਉਸਦੇ ਨਾਲ ਬੁਰਾ ਵਿਵਹਾਰ ਕਰਨ ਦੇ ਦੋਸ਼ ਲਗਾਏ ਗਏ ਸਨ। ਇਸ ਦੇ ਨਾਲ ਹੀ ਦੱਸ ਦਈ ਕਿ ਕਿਸਾਨ ਯੂਨੀਅਨ ਵੀ ਕੁੜੀ ਦੇ ਹੱਕ ਵਿੱਚ ਆ ਗਈਆਂ ਨੇ ਅਤੇ ਉਹਨਾਂ ਨੇ ਕਿਹਾ ਹੈ ਕਿ ਜਦ ਤੱਕ ਕੁੜੀ ਨੂੰ ਇਨਸਾਫ ਨਹੀਂ ਮਿਲਦਾ ਉਹ ਤਦ ਤੱਕ ਧਰਨਾ ਲਗਾਉਣਗੇ। ਇਸ ਦੇ ਨਾਲ ਧਰਨਾ ਦਿੰਦਿਆਂ ਹੋਰ ਕੀ ਕਿਹਾ ਕਿਸਾਨਾਂ ਨੇ, ਆਓ ਸੁਣਦੇ ਹਾਂ। ਚਲੋ ਫਿਰ ਦੁਬਾਰਾ ਧਰਨਾ ਲਾਉਣ ਦੀ ਨੌਬਤ ਆ ਗਈ, ਪ੍ਰਸ਼ਾਸਨ ਨਾਲ ਕੀ ਗੱਲਬਾਤ ਤੁਹਾਡੀ ਚੱਲ ਰਹੀ ਹੈ ਜਿਹੜਾ ਅੱਜ ਧਰਨਾ ਮੌਕੇ ਨਹੀਂ ਖਤਮ ਹੋ ਰਿਹਾ? ਹਾਂਜੀ, ਮੈਂ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ। ਇਹ ਜਿਹੜਾ 2-4 ਦਿਨਾਂ ਤੋਂ ਇਹ ਮਸਲਾ ਉੱਠਿਆ ਪੰਜਾਬ ਦੇ ਵਿੱਚ, ਪਹਿਲਾਂ ਗੁਰਦਾਸਪੁਰ ਜ਼ਿਲ੍ਹੇ 'ਚ, ਇਹ ਹੁਣ ਪੰਜਾਬ ਲੈਵਲ ਦਾ ਮਸਲਾ ਬਣ ਗਿਆ। ਇੱਕ ਗਰੀਬ ਵਰਗ ਦੀ ਧੀ ਦੇ ਨਾਲ ਜਿਹੜਾ ਕੋਈ ਜੱਜ ਸਾਹਿਬ ਦੇ ਘਰ ਕੋਈ ਮਜ਼ਦੂਰੀ ਕਰਦੀ ਸੀ ਅਤੇ ਉਹਨਾਂ ਨੇ ਕੋਈ ਚੋਰੀ ਹੋ ਗਈ ਆ, ਚੋਰੀ ਹੋ ਗਈ ਅਤੇ ਉਸ ਧੀ 'ਤੇ ਸ਼ੱਕ ਵਜੋਂ ਉਹਨਾਂ ਨੂੰ ਇੰਟੈਰੋਗੇਟ ਕਰਾਇਆ ਗਿਆ। ਜਿੱਥੇ ਲੇਡੀ ਨੂੰ ਕੋਈ ਇੰਟੈਰੋਗੇਟ ਕਰਨ ਵਾਸਤੇ ਲੇਡੀ ਪੁਲਿਸ ਚਾਹੀਦੀ ਸੀ, ਉੱਥੇ ਪੁਲਿਸ ਨੇ ਜੈਂਟਸ ਕੋਲੋਂ ਉਹਨਾਂ ਨੂੰ ਬੇਪਤ ਕਰਕੇ ਉਹਨਾਂ ਦੀ ਜਿਹੜੀ ਇੱਜ਼ਤ ਵਾ ਮਿੱਟੀ 'ਚ ਰੋਲ ਕੇ ਸਾਰੇ ਕੱਪੜੇ ਲਵਾ ਕੇ ਅਤੇ ਬੜੀ ਦਰਿੰਦਗੀ ਦੇ ਨਾਲ ਉਹਨਾਂ ਨਾਲ ਅੱਤਿਆਚਾਰ ਕੀਤਾ, ਅਣਮਨੁੱਖੀ ਤਸ਼ੱਦਦ ਹੋਇਆ ਵਾ ਅਤੇ ਉਹਨਾਂ ਨੂੰ ਬਹੁਤ ਤਸ਼ੱਦਦ ਕਰਕੇ ਬਕਾਉਣ ਦੀ ਕੋਸ਼ਿਸ਼ ਕੀਤੀ ਗਈ ਜ਼ਬਰਦਸਤੀ। ਪਰ ਉਸ ਧੀ ਦੀ ਗਲਤੀ ਕੋਈ ਨਹੀਂ ਸੀ, ਉਹ ਕੁੱਟ ਕੁੱਟ ਕੇ ਬਕਾਉਂਦੇ ਰਹੇ ਪਰ ਕੁਛ ਨਹੀਂ ਨਿਕਲਿਆ। ਹਾਰ ਕੇ ਪਿੰਡ ਦੇ ਸਰਪੰਚ ਨੂੰ ਉਹਨਾਂ ਨੇ ਕਹਿ ਕੇ ਅਤੇ ਕੁੜੀ ਨੂੰ ਘਰ ਜਿਹੜਾ ਉਹ ਵਾਪਸ ਜਿਹੜਾ ਉਹ ਤੋਰ ਦਿੱਤਾ। ਉਹਨੂੰ ਇਨਸਾਫ, ਉਹ ਜਿਹੜੀ ਉਸ ਜਿਹੜੇ ਪਿੰਡ ਦੀ ਬੇਟੀ ਆ, ਉਸ ਪਿੰਡ ਦੇ ਵਿੱਚ ਸਾਡੀ ਕਮੇਟੀ ਚੱਲਦੀ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਉਹਨਾਂ ਨੇ ਉੱਥੋਂ ਤੱਕ ਪਹੁੰਚ ਕੀਤੀ ਆ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕੋਲ ਜਿਹੜਾ ਮਸਲਾ ਆਇਆ ਅਤੇ ਉਹਨੂੰ ਇਹ ਬਿਲਕੁਲ ਥੱਲੇ ਛਾਣਬੀਣ ਕਰਕੇ ਅਤੇ ਉਹ ਮਸਲਾ ਲੜਨ ਦਾ, ਉਸ ਧੀ ਨੂੰ ਇਨਸਾਫ ਦਿਵਾਉਣ ਦੀ ਜਿਹੜੀ ਉਹ ਗੱਲ ਕੀਤੀ ਆ। ਅੱਜ ਮਸੀਹ ਭਾਈਚਾਰਾ ਸਾਰਾ ਜਿਹੜਾ ਨਾਲ ਆ, ਪਰਸੋਂ ਇਸੇ ਧੀ ਨੂੰ ਜਿਹੜੀ ਭਗਵੰਤ ਮਾਨ ਸਰਕਾਰ ਕਹਿੰਦੀ ਕਿ ਧੀਆਂ ਬਚਾਓ ਅਤੇ ਧੀਆਂ ਪੜ੍ਹਾਓ, ਉਹ ਉਹਨਾਂ ਨੇ ਬਿਲਕੁਲ ਉਲਟ ਕਰ ਦਿੱਤਾ, ਉਸ ਧੀ ਨੂੰ ਕਟਾਇਆ ਵੀ ਅਤੇ ਫਿਰ ਇੱਥੋਂ ਜਬਰੀ ਉਹਦਾ ਇਲਾਜ ਇੱਥੇ ਹੋਣਾ ਸੀ, ਇਲਾਜ ਹੋਣ ਦੇ ਬਜਾਏ ਉਹਨੂੰ ਜਿਹੜਾ ਇੱਥੇ ਡਿਸਚਾਰਜ ਕੀਤਾ ਗਿਆ ਜਬਰੀ। ਇਹ ਜਿਹੜੇ ਹੈਲਥ ਸਿਸਟਮ ਆ ਇੱਥੇ, SMO ਆ, ਇਹ ਵੀ ਦਬਾਅ ਆ। ਅੱਜ ਵੀ ਸਾਨੂੰ ਮੀਟਿੰਗ ਵਾਸਤੇ ਸੱਦਿਆ, ਕੋਈ SMO ਜਿਹੜੀ ਇੱਥੇ ਲੱਗੇ ਆ ਮੈਡਮ, ਉਹਨਾਂ ਦਾ ਕੋਈ ਸਹੀ ਵਤੀਰਾ ਨਹੀਂ ਆ, ਸਹੀ ਨਤੀਜੇ 'ਤੇ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ। ਅਸੀਂ ਉਹਨਾਂ ਨੂੰ ਕਿਹਾ ਜੇ ਕਿ ਜਿਹੜੀਆਂ ਇਸ ਧੀ ਦੇ ਸੱਟਾਂ ਲੱਗੀਆਂ ਉਹਦਾ ਬਿਲਕੁਲ ਸਹੀ ਰਿਜ਼ਲਟ ਦਿੱਤਾ ਜਾਵੇ, ਅਸੀਂ ਕੋਈ ਨਜਾਇਜ਼ ਵਾਧਾ ਕਰਾਉਣ ਨਹੀਂ ਆਏ, ਨਾ ਸਾਡੀ ਕੋਈ ਇਹੋ ਜਿਹੀ ਨੀਅਤ ਆ। ਅਸੀਂ ਤਾਂ ਸਿਰਫ ਕਹਿੰਦੇ ਵੀ ਜਿਹੜੀਆਂ ਸੱਟਾਂ ਲਾਈਆਂ ਉਹ ਸੱਟਾਂ ਦਾ ਬਿਲਕੁਲ ਸਹੀ ਜਿਹੜਾ ਸਾਨੂੰ ਜਿਹੜਾ ਜਿਹੜਾ ਰਿਜ਼ਲਟ ਮਿਲੇ, ਉਸ ਰਿਜ਼ਲਟ ਦੇ ਮੁਤਾਬਕ ਜਿਨ੍ਹਾਂ ਨੇ ਇੰਟੈਰੋਗੇਟ ਕੀਤਾ ਗਲਤ ਤਰੀਕੇ ਨਾਲ, ਉਹ ਧਰਾਵਾਂ ਬਣਦੀਆਂ ਲੱਗ ਕੇ ਉਹਨਾਂ ਦੇ ਅਤੇ ਉਹਨਾਂ ਦੇ ਪਰਚੇ ਕੀਤੇ ਜਾਣ, ਗਾਂਹ ਤੋਂ ਕੋਈ ਇਹੋ ਜਿਹੀ ਜ਼ਰੂਰਤ ਨਾ ਕਰੇ। ਦੇਖੋ ਜੀ, ਪੁਲਿਸ ਅਧਿਕਾਰੀ ਤਾਂ ਕਹਿੰਦੇ ਵੀ ਇੱਥੋਂ ਧਰਨਾ ਚੁੱਕ ਲਓ ਅਤੇ ਕੋਈ ਇਹਨਾਂ ਨਾਲ ਨਿਬੇੜ ਲਓ। ਕੀ ਨਿਬੇੜ ਲਈਏ ਦੱਸੋ? ਇੱਕ ਧੀ ਦੀ ਜਿਹੜੀ ਜਿੱਤ ਵਾ ਉਹ ਦਾਅ 'ਤੇ ਲੱਗ ਗਈ ਆ, ਸਾਰੇ ਹੋਏ ਤੋਏ ਕਰਾ ਦਿੱਤੀ ਇਹਨਾਂ ਨੇ, ਅਤੇ ਅਸੀਂ ਕੀ ਦੱਸੋ ਇੱਕ ਧੀ ਦੀ ਜਿੱਤ ਦਾ ਕੀ ਫੈਸਲਾ ਕਰ ਲਈਏ? ਸਾਨੂੰ ਤਾਂ ਆਪ ਨਮੋਸ਼ੀ ਆਉਂਦੀ ਆ। ਅੱਜ ਉਸ ਧੀ ਦੇ ਨਾਲ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਬਿਲਕੁਲ ਚਟਾਨ ਵਾਂਗੂ ਖੜ੍ਹੀ ਆ। ਅਸੀਂ ਉਹ ਪਰਿਵਾਰ ਨੂੰ ਵੀ ਦਿਲਾਸਾ ਦਿਲਾਇਆ ਕਿ ਅਸੀਂ ਬਿਲਕੁਲ ਤੁਹਾਡੇ ਮੋਢੇ ਨਾਲ ਮੋਢਾ ਜੋੜ ਕੇ ਚੱਲਾਂਗੇ, ਵਿਸ਼ਵਾਸ ਦਿਵਾਵਾਂਗੇ। ਮਸੀਹ ਭਾਈਚਾਰਾ ਅੱਜ ਜਿਹੜਾ ਵਾ ਬਟਾਲਾ ਵਿਖੇ ਉਹਨਾਂ ਨੇ ਪ੍ਰਦਰਸ਼ਨ ਕੀਤਾ ਵਾ ਇਸੇ ਧੀ ਨੂੰ ਇਨਸਾਫ ਦਿਵਾਉਣ ਵਾਸਤੇ। ਕੱਲ੍ਹ ਨੂੰ ਸ਼੍ਰੀ ਹਰਗੋਬਿੰਦਪੁਰ, ਹਰਚੋਵਾਲ ਅਤੇ ਅੰਮ੍ਰਿਤਸਰ ਅਤੇ ਧਾਰੀਵਾਲ ਇਹ ਧਰਨੇ ਲੱਗਣੇ, ਸਾਨੂੰ ਸੁਣਾ ਆ ਗਿਆ। ਸਾਰੇ ਪੰਜਾਬ ਦਾ ਮਸਲਾ ਬਣ ਗਿਆ, ਸਾਰੇ ਭਾਰਤ ਦਾ ਮਸਲਾ ਬਣੂਗਾ। ਹੌਲੀ ਇਹ ਜੀ, ਜਿੰਨਾ ਚਿਰ ਉਹ ਸੱਟਾਂ ਦਾ, ਜਿਹੜੀਆਂ ਸੱਟਾਂ ਲੱਗੀਆਂ ਬੇਟੀ ਨੂੰ, ਉਹਦਾ ਸਾਨੂੰ ਸਹੀ ਰਿਜ਼ਲਟ ਨਹੀਂ ਮਿਲਦਾ। ਅੱਜ ਜਿਹੜੀ ਗੱਲਬਾਤ ਕਰਨ ਗਏ SMO ਸਾਹਿਬ ਨਾਲ, ਉਹ ਬੜੀ ਹਾਸੋ ਹੋਣੀ ਆ ਕਿ ਸਾਡੀ ਮਸ਼ੀਨ ਜਿਹੜੀ ਉਹ ਖਰਾਬ ਹੋ ਗਈ ਆ। ਜੇ ਉਹ ਡਾਕਟਰ ਸਾਹਿਬ ਜਿਹੜੇ ਡੀਲ ਕਰਦੇ ਆ, ਉਹ ਵੀ ਮਸੀਹ ਭਾਈਚਾਰੇ ਨਾਲ ਸੰਬੰਧ ਰੱਖਦੇ ਆ, ਉਹਨਾਂ ਨੇ ਕਿਹਾ ਵੀ ਮੈਡਮ ਅਸੀਂ ਬਾਹਰੋਂ ਕਰਾ ਕੇ ਐਕਸਰਾ ਅਤੇ ਉਹ ਰਿਪੋਰਟ ਦੇ ਦਿੰਦੇ ਹਾਂ। ਪਰ ਮੈਡਮ ਨੇ ਉਸੇ ਵੇਲੇ ਹੀ ਰਿਪੋਰਟ ਕੀ ਉਹਦੀ ਕੱਟ ਕੇ ਅਤੇ ਉਹਨਾਂ ਦੀ ਗੱਲ ਕੱਟ ਕੇ ਅਤੇ ਕਹਿਤਾ ਕਿ ਉਹ ਬਾਹਰ ਦਾ ਐਕਸਰਾ ਜਿਹੜਾ ਵਾ ਉੱਥੇ ਗੱਲ ਜਿਹੜੀ ਆ ਉਹ ਨਹੀਂ ਰਿਜ਼ਲਟ ਦਿੱਤਾ ਜਾਣਾ, ਇੱਥੇ ਵਾਲਾ ਐਕਸਰਾ ਮੰਨਿਆ ਜਾਣਾ। ਐਕਸਰਾ ਤਾਂ ਐਕਸਰਾ ਹੋਣਾ, ਜਿੱਥੇ ਮਰਜ਼ੀ ਕਰਾ ਲਓ ਉਹਦੀ ਜਿਹੜੀ ਰਿਪੋਰਟ ਆ ਉਹ ਹੀ ਆਉਣੀ, ਭਾਵੇਂ ਬਾਹਰੋਂ ਕਰਾ ਲਓ ਭਾਵੇਂ ਹੋਸਪਿਟਲ 'ਚ ਕਰਾ ਲਓ। ਨੀਅਤ ਖੋਟੀ ਆ, ਸਰਕਾਰ ਦਾ ਮੈਡਮ 'ਤੇ ਦਬਾਅ ਆ, ਉਹਦਾ ਗੱਲ ਕਰਨ ਦਾ ਵਤੀਰਾ ਜਿਹੜਾ ਬਿਲਕੁਲ ਮੈਡਮ ਦਾ ਗਲਤ ਆ। ਗੱਲਬਾਤ ਨਹੀਂ ਸੁਣੀ, 2:15 ਪਰਸ ਚੁੱਕ ਕੇ ਮੈਡਮ ਬਾਹਰ ਚੱਲ ਜਾਂਦੀ। ਅਸੀਂ ਕਹਿਣਾ ਚਾਹੁੰਦੇ ਹਾਂ ਇੱਥੇ ਹਲਕੇ ਦਾ ਕੀ, ਹਾਰਿਆ MLA ਜਾਂ ਮੌਜੂਦਾ MLA ਇੱਥੇ ਆ ਜਾਵੇ। ਇਹ ਜਿਹੜੇ ਅਧਿਕਾਰੀ ਹੁੰਦੇ ਆ, ਇਹ ਕੋਈ ਵੀ ਅਦਾਰੇ ਦੇ ਆ, ਇਹ ਉਹਨਾਂ ਦਾ ਵੈਲਕਮ ਕਰਨ ਵਾਸਤੇ ਗੇਟ 'ਤੇ ਖਲੋਂਦੇ ਆ, ਪਰ ਉਹਨਾਂ ਨੇ ਇਹਨਾਂ ਨਾਲ ਆਮ ਮਜ਼ਦੂਰਾਂ ਨਾਲ, ਕਿਸਾਨਾਂ ਨਾਲ ਅਤੇ ਇਹਨਾਂ ਗਰੀਬ ਵਰਗ ਨਾਲ ਗੱਲ ਕਰਨੀ ਕੋਈ ਜ਼ਰੂਰੀ ਨਹੀਂ ਸਮਝੀ। ਇਸ ਕਰਕੇ ਜਿੰਨਾ ਚਿਰ ਸਾਨੂੰ ਕੋਈ ਇਨਸਾਫ ਨਹੀਂ
मिलता उस धी को इंसाफ नहीं दवाते उन्होंने साडा ये धरना प्रदर्शन चलूगा। इतों सही रिपोर्ट लैके मुड़ के पुलिस प्रशासन को जाके उन्होंने दरिंदा के कार्रवाई करवानी है जिन्होंने नजायज तौर पर जरा अणमनुखी तशद तो बेटी से किया। मैं जिले का आगू किसान मजदूर संघर्ष कमेटी अनूप सिंह सुल्तानी जी, अज जो इतने मैडम एस एम उन्हें गलबात हुई है वो सिर्फ तो इलाज वास्ते कुछ सट्टा ही जेदा एक्सरा वगैरह जोड़ा वो नहीं होया सी, पर जी एस एम वो बहुत खुशक वतीरा सी असल च भी वो ये गल कह रही है भी साडा आलरेडी जोड़ा इलाज आ वो हो रहा मतलब कंप्लीट हो रहा पर उदी ही जबानी जब सुनिया जाए तो वो ये गल कह रहे हैं असी जो तो गल की भी वो एक लत दे विचों जिहड़ी आ दर्द मन रही है तो वह कट्ठी नहीं हो रही तो वह एक्सरा किया जाए। जदों ये सवाल किया तो वह कहें कि एक्सरे मशीन साड़ी जी खराब आ, चार दिन हो गए वो इतने एडमिट हुई नूं लड़की नूं ते अजे तक जिहड़ा जे अज गल की है जिहड़ा कि उन्होंने आप ही जिहड़ा अपने ज जिहड़े डाक्टर ने उन्होंने इहदा नोटिस लेना चाहिए ही पर उहदा नोटिस लैण की बजाय जिहड़ा सानूं ही जिहड़ा सवाल किए जा रहे हैं कि साडी मशीन खराब है भी ये कदों मशीन खराब होएगी। मरीज़ जे मान लो उहदा टाइम सर जिहड़ा जे नहीं हुंदा एक्सरे वगैरह तो उहदा जिहड़ा समय सर इलाज भी जिहड़ा वो नहीं हो सकता। वह भी जिहड़ी आ मैं हुण लड़की नाल गल करके आया उन्हें कहा कि मैनू दवाई भी जी कल तो ही शुरू की है जी मेडिसिन आ कल तो ही शुरू की है। जदों आप कल भी इतने एस एम ओ के सामने प्रदर्शन किया तो एस एम ओ छुट्टी पर सी उन्होंने बेनती की भी तुम आओ इतने तो साड़ी आगू टीम आई है उन्होंने गल तो कल भी जरा उन्होंने खुशक वतीरा सी। सो साडा धरना मैडिकल रिपोर्ट भी इतने पई है जी कि थाने जानी चाहिए थी तो वह परचा होना चाहिए सी बन दियाँ धरावान वो लगनिया चाहिए पर वो मैडिकल भी इतें ही इन्हों टोकरियों के रोल है। सो असी चेतावनी देना चाहते हैं कि इनू जरा मैडिकल जरा उ भेज के तो बकायदा जी कार्रवाई शुरू की जाए जे ना की तो आ धरना जरा इतें जरा इलाज वास्ते लगा जे नहीं लगता जिन्ना चर इलाज पूर्ण रूप से नहीं होंगे उन्ना चर धरना जरा जारी रहेगा। ये तो बाद जी अगे पुलिस की कार्रवाई है वो भी आप जे वे कार्रवाई नहीं करते तो असी जरा गां पुलिस भी जरा नजिठा। वाहेगुरू जी का खालसा वाहेगुरू जी का सब तो पहला तो मैं जोड़े साढ़े किसान जथेबंदियां ने उन्हों दिल डिंगाइया तो धन्यवाद करदा और उस सोच न सल्यूट करदा जोड़े साढ़े किसान भरावान ने एक जाति तो उपर उठ के जड़ा एक गरीब परिवार की बच्ची के नाल तसद्दत हो रही है साथ देने का उपराला किया और पहल के आधार के उत्ते सारे किसान जोड़े भरा ने साढ़े इन्होंने उस मुद्दे चक्या यदा दिल दिया डिंगाइया तो धन्यवाद करदा। ये नाल नाल जो अज का ये धरना साडा लगा है ये इस बेटी के इंसाफ नू लैके क्योंकि हुणे हुणे मीटिंग हुई है प्रधान जी ने दस्या तुहानू सारा कि एस एम ओ साहब ते पोलीटिकल प्रैसर है उस प्रैसर के माध्यम राही वो कोई ना कोई भी जड़ा वगा सानू जो साड़ियां मंगा ने गिया वो मंगा नहीं मन रहे। सो मैं इतों का जड़ा हैल्थ डिपार्टमेंट का चेयरमैन साहब लाया होया पंजाब सरकार ने और मान साहब नूं ये बेनती करदा कि ये तुहाडा सिस्टम कह रहे ने कि इतों की एक्सरा मशीन जी है वो ठीक नहीं है। मैं आए दिन ही इतने विजिट करता रहना मेरा घर इतों 3 मिनट दूरी ती है लगभग 300-400 मीटर दूर है। मैं इतने आए दिन विजिट करदा और मैं नाल दे नाल वड्डे सवाल जिहड़े खड़े करदा सरकारां दे उत्ते बहुत सारिया जाना इसे होस्पिटल दे विचों जिहड़ियां गईआं नेगीआं क्योंकि जड़े भी इतने मरीज आते हैं वो मरीज़ रैफर किए जाते हैं अमृतसर के वास्ते वो रस्ते दे जड़े बहुत सारिया अज मैं RTI जो पा के मंगवाव डाटा तो कई वड्डे ये खुलासे होने वाले ने जे मैं RTI पा देव बहुत सारिया जाना जड़िया नेगिया धरती तो अलविदा इन्हों गलतियां करके चलिया गई नेगिया तो इन्हों जो स्टूमेंट है जिन्ना भी इन्हों का इक्विपमेंट है वो जड़ा बहुत घट है तो पंजाब सरकार के उत्ते वड्डे सवालिया इंसान जोड़े खड़े करता क्योंकि एक्सरा मशीन जी एक नॉर्मल जी चीज़ है उन्होंने भी इन्होंने जोड़ा वगा कह दे साडा खराब है सरासर गलत है। सो
मसीह भाईचारे दी जिन्नियां जथेबंदियां और जिन्नियां किसान जथेबंदियां होर जिन्नियां माड़म जाति जिहड़ियां सेवावां करदियां ने उह जथेबंदियां नूं सारिआं नूं अपील करदा कि यह मसला किला साडा क्रिश्चन भाईचारे का नहीं है, यह माणव जाति का मसला है। धियां भैणां साझियां हुंदियां ने सारियां दियां, इस मसले नूं हाईलाइट करन वास्ते बेटी नूं इंसाफ दवाउण वास्ते सारे अगे आओ ता जो ममता बेटी नूं जिहड़ा इंसाफ मिल सके। बहुत बहुत धन्नवाद जी।